ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ ਕਾਵਲੈਰਾ ਪੁਸਤਕ ਵਿੱਚ ਦਰਜ ਕਵਿਤਾ ਅੰਬੀ ਦੇ ਬੁੱਟੇ ਦੇ ਥੱਲੇ ਜਿਸ ਨੂੰ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਹੈ ਉਸ ਦੇ ਸਾਰ ਸੰਬੰਧੀ ਗੱਲ ਕਰਾਂਗੇ ਕਵਿਤਾ ਦੇ ਰੂਬਰੂ ਹੋਣ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਮੋਹਨ ਸਿੰਘ ਬਾਰੇ ਹਲਕੀ ਫੁਲਕੀ ਜਾਣਕਾਰੀ ਡਿਸਕਸ ਕਰਾਂਗੇ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਕਿ ਜਨਮ 20 ਅਕਤੂਬਰ 1905 ਨੂੰ ਹੋਇਆ ਤੇ 3 ਮਈ 1978 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਪੰਜਾਬੀ ਦਾ ਇੱਕ ਪ੍ਰਗਤੀਵਾਦੀ ਅਤੇ ਰੋਮਾਂਚਵਾਦੀ ਸਾਹਿਤਕਾਰ ਪ੍ਰੋਫੈਸਰ ਮੋਹਨ ਸਿੰਘ ਵਦੇਰੀ ਕਰਕੇ ਉਸ ਦੀ ਪਛਾਣ ਕਵੀ ਕਰਕੇ ਵੀ ਹੈ ਪਰ ਉਹ ਸੰਪਾਦਕ ਵੀ ਸਨ ਤੇ ਅਨੁਵਾਦ ਦੇ ਖੇਤਰ ਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ ਉਹਨਾਂ ਨੂੰ ਮਿਲੇ ਸਨਮਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੱਡਾ ਵੇਲਾ ਪੁਸਤਕ ਲਈ ਸਹਿਤ ਕਾਤਮੀ ਪੁਰਸਕਾਰ ਮਿਲਿਆ ਇਸ ਤੋਂ ਬਿਨਾ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਉਹਨਾਂ ਨੂੰ ਜੈ ਮੀਰ ਲਈ ਮਿਲਿਆ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਾਵ ਸੰਗ੍ਰਹਿ ਚਾਰ ਹੰਝੂ ਸਾਵੇਂ ਪੱਤਰ ਕਸੂਂਬੜਾ ਅਦਵਾਟੇ ਕੱਚ ਸੱਚ ਆਵਾਜ਼ਾਂ ਵੱਡਾ ਵੇਲਾ ਜੰਦਰੀ ਜੈ ਮੀਰ ਬੁਹੇ ਨਨਕਾਇਣ ਛੱਤੋ ਦੀ ਵੀਰੀ ਇਹ ਉਹਨਾਂ ਦੀਆਂ ਕਾਵ ਸੰਗ੍ਰਹਿ ਪੁਸਤਕਾਂ ਨੇ ਇਸ ਤੋਂ ਬਿਨਾ ਉਹਨਾਂ ਨੇ ਮਹਾਕਾਵ ਕਹਾਣੀਆਂ ਤੇ ਅਨੁਵਾਦ ਦੇ ਖੇਤਰ ਦੇ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਉਹਨਾਂ ਦੀ ਕਵਿਤਾ ਅੰਬੀ ਦੇ ਬੁੱਟੇ ਦੇ ਥੱਲੇ ਕਵਿਤਾ ਦੇ ਸਾਰ ਦੀ ਗੱਲ ਕਰੀਏ ਤਾਂ ਇਹ ਕਵਿਤਾ ਪ੍ਰੋਫੈਸਰ ਮੋਨ ਸਿੰਘ ਨੇ ਰੋਮਾਂਟਿਕ ਭਾਵ ਦੇ ਵਿੱਚ ਲਿਖੀ ਹੈ ਜਿਸ ਵਿੱਚ ਇੱਕ ਸਿਪਾਹੀ ਦੀ ਪਤਨੀ ਆਪਣੇ ਪਤੀ ਦੇ ਵਿਛੋੜੇ ਦੀ ਤੜਫ ਤੇ ਉਸ ਨਾਲ ਬਿਤਾਈਆਂ ਸਵਾਦ ਲੀਆਂ ਘੜੀਆਂ ਨੂੰ ਬਿਆਨ ਕੀਤਾ ਗਿਆ ਹੈ। ਕਬਤਵ ਵਿੱਚ ਇੱਕ ਸਪਾਹੀ ਦੀ ਪਤਨੀ ਨੂੰ ਵਿਹੜੇ ਵਿੱਚ ਲੱਗੇ ਅੰਬੀ ਦੇ ਬੁੱਟੇ ਦੇ ਹੇਠ ਬੈਠਣਾ ਸਵਰਗਾ ਵਰਗਾ ਆਨੰਦ ਦਿੰਦਾ ਹੈ। ਪਰੰਤੂ ਪਤੀ ਦੇ ਵਿਛੋੜੇ ਵਿੱਚ ਉਸ ਪਤਨੀ ਨੂੰ ਉਹ ਬੁੱਟਾ ਬਿਲਕੁਲ ਚੰਗਾ ਨਹੀਂ ਲੱਗਦਾ। ਪਤੀ ਦੇ ਵਿਛੋੜੇ ਦੇ ਦਿਨਾਂ ਵਿੱਚ ਜੇਕਰ ਉਹ ਉਸ ਦੇ ਹੇਠਾਂ ਬੈਠ ਕੇ ਚਰਖਾ ਕੱਤਣ ਦਾ ਯਤਨ ਕਰਦੀ ਹੈ ਤਾਂ ਕੋਇਲ ਦੀਆਂ ਕੂਕਾਂ ਦੇ ਨਾਲ ਆਈਆਂ ਪਤੀ ਦੀਆਂ ਯਾਦਾਂ ਉਸ ਨੂੰ ਬੇਚੈਨ ਕਰ ਦਿੰਦੀਆਂ ਨੇ ਉਹ ਚਰਖਾ ਕੱਤਣਾ ਬੰਦ ਕਰ ਦਿੰਦੀ ਹੈ ਫਿਰ ਜੇਕਰ ਉਹ ਭਾਬੋ ਤੋਂ ਡਰਦੀ ਕਿਸਿੱਦਾ ਲੈ ਕੇ ਬਹਿ ਜਾਂਦੀ ਹੈ ਤਾਂ ਪਤੀ ਨਾਲ ਸੰਬੰਧਿਤ ਯਾਦਾਂ ਵਿੱਚ ਡੁੱਬੀ ਹੋਣ ਕਰਕੇ ਉਸ ਦੀ ਸੂਈ ਕਿਸਿੱਦੇ ਦੀ ਥਾਂ ਪੋਟੇ ਵਿੱਚ ਪੁੱਟ ਜਾਂਦੀ ਹੈ ਤੰਗ ਆ ਕੇ ਉਹ ਸਭ ਕੁਝ ਛੱਡ ਛੜਾ ਕੇ ਯਾਦਾਂ ਦੇ ਵਹਿਣ ਵਿੱਚ ਬਹਿ ਜਾਂਦੀ ਹੈ ਉਸ ਨੂੰ ਸਾਵਣ ਦੇ ਉਹ ਦਿਨ ਯਾਦ ਆਉਂਦੇ ਨੇ ਜਦੋਂ ਉਸ ਦਾ ਪਤੀ ਘਰ ਸੀ ਅਤੇ ਉਸ ਨੇ ਖੂਬ ਹਾਰ ਸ਼ਿੰਗਾਰ ਲਾਇਆ ਹੋਇਆ ਸੀ ਉਹ ਅੰਬੀ ਦੇ ਥੱਲੇ ਬੈਠ ਕੇ ਚਰਖਾ ਕੱਤਣ ਲੱਗ ਪਈ ਸੀ ਤੇ ਉਸ ਦਾ ਪਤੀ ਉਸ ਦੇ ਕੋਲ ਬੈਠ ਕੇ ਉਸ ਨੂੰ ਪਰਦੇਸਾਂ ਤੇ ਲੜਾਈਆਂ ਦੀਆਂ ਗੱਲਾਂ ਸੁਣਾਉਂਦਾ ਸੌਂ ਗਿਆ ਸੀ ਪਤੀ ਨੂੰ ਸੂਤਾ ਦੇਖ ਕੇ ਉਸ ਨੇ ਚਰਖੀ ਦੀ ਚਰਮਖ ਤੋਂ ਕਾਲ ਖਲਾ ਕੇ ਸ਼ਰਾਰਤ ਨਾਲ ਉਸ ਦੇ ਮੱਥੇ ਤੇ ਲਾ ਦਿੱਤੀ ਸੀ ਪਤੀ ਨੂੰ ਉਸ ਬਾਰੇ ਕੁਝ ਨਾ ਪਤਾ ਲੱਗਾ ਤੇ ਉਹ ਖੜ ਖੜਾ ਕੇ ਹੱਸਣ ਲੱਗ ਪਈ। ਉਸ ਦਾ ਹਾਸਾ ਸੁਣ ਕੇ ਉਸ ਦਾ ਪਤੀ ਘਬਰਾਇਆ ਹੋਇਆ ਉੱਠਿਆ। ਉਸ ਨੂੰ ਵਾਰ-ਵਾਰ ਹੱਸਣ ਦਾ ਕਾਰਨ ਪੁੱਛ ਰਿਹਾ ਸੀ ਪਰ ਉਹ ਕੁਝ ਨਹੀਂ ਸੀ ਦੱਸ ਰਹੀ। ਅਖੀਰ ਜਦੋਂ ਉਸ ਨੇ ਚਰਖੀ ਦੇ ਸ਼ੀਸ਼ੇ ਵਿੱਚ ਆਪਣੇ ਮੱਥੇ ਉੱਪਰ ਲੱਗੀ ਕਾਲਖ ਦੇਖੀ ਤਾਂ ਗੁੱਸੇ ਵਿੱਚ ਆ ਗਿਆ। ਉਸ ਨੂੰ ਫੜਨ ਲਈ ਉਸਤੇ ਮਗਰ ਦੌੜਾ ਤੇ ਉਹ ਅੱਗੇ-ਅੱਗੇ ਦੌੜਨ ਲੱਗੀ। ਤੇਉ ਦਾ ਪਤੀ ਉਹਦੇ ਪਿੱਛੇ-ਪਿੱਛੇ ਇਸ ਪ੍ਰਕਾਰ ਉਹ ਕਦੇ ਅੰਬੀ ਦੁਆਲੇ ਤੇ ਕਦੇ ਮੰਜੀ ਦੁਆਲੇ ਘੁੰਮਣ ਲੱਗੇ ਪਰ ਉਹ ਉਸ ਨੂੰ ਡਾਈ ਨਹੀਂ ਸੀ ਦੇ ਰਹੀ ਇਸੇ ਭੱਜ ਦੌੜ ਵਿੱਚ ਉਸਦੇ ਪਤੀ ਦੀ ਪੱਗ ਲੈ ਗਈ ਤੇ ਉਸਦੇ ਆਪਣੇ ਸਿਰੋਂ ਚੁੰਨੀ ਲੈ ਗਈ ਅੰਤ ਦੋਵੇਂ ਹਫਕੇ ਚੁੱਪ ਕਰਕੇ ਬੈਠ ਗਏ ਸਿਪਾਹੀ ਦੀ ਪਤਨੀ ਨੂੰ ਇਹ ਦਿਨ ਬਹੁਤ ਭਾਗਾਂ ਵਾਲਾ ਪ੍ਰਤੀਤ ਹੁੰਦਾ ਹੈ ਅੱਜ ਪਤੀ ਦੇ ਵਿਛੋੜੇ ਵਿੱਚ ਉਸ ਨੂੰ ਅੰਬੀ ਦਾ ਬੁੱਟਾ ਚੰਗਾ ਨਹੀਂ ਲੱਗਦਾ ਕਿਸੇ ਵੇਲੇ ਉਹ ਤਰਖਾਣ ਨੂੰ ਸਦਵਾ ਕੇ ਉਸ ਨੂੰ ਕਟਵਾ ਦੇਣਾ ਚਾਹੁੰਦੀ ਹੈ ਪਰ ਜਲਦੀ ਹੀ ਉਸ ਨੂੰ ਆਪਣੀ ਗਲਤੀ ਦਾ ਅਨੁਭਵ ਹੁੰਦਾ ਹੈ ਕਿ ਜੇਕਰ ਉਹ ਅੰਬੀ ਦਾ ਬੁੱਟਾ ਕਟਵਾ ਦੇਵੇਗੀ ਤਾਂ ਉਹ ਕਿਸ ਚੀਜ਼ ਉੱਪਰ ਚੜ ਕੇ ਆਪਣੇ ਪਤੀ ਦਾ ਰਾਹ ਦੇਖੇਗੀ ਸੋ ਇਥੇ ਕਹਾਪਤਾ ਸਮਾਪਤ ਵੀ ਹੋ ਜਾਂਦੀ ਹੈ ਇਹ ਇੱਕ ਵਰਤਾਂਤਕ ਕਹਾ ਹੈ ਜਿਸ ਵਿੱਚ ਇੱਕ ਪਤਨੀ ਦੀ ਪਤੀ ਪ੍ਰਤੀ ਤੜਫ ਨੂੰ ਰੋਮਾਂਟਿਕ ਪਾਵਾਂ ਨੂੰ ਉਜਾਗਰ ਕੀਤਾ ਗਿਆ ਹੈ